औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम व रहमतुल्लाहि व बरकातुहू। अस्सलाम वालेकुम। उम्मीद कर रहा मेरे भाई साहब ठीक होंगे। तो मेरे भी अलहमदुल्ला अस ठीक हैं। तो भी लोग शेयर कर रहे हैं अलहमदुल्ला अलहमदुल्ला। साढ़ी दुआ साढ़े देखा अल्लाह पाक तंदुरुस्ती सेहत दे अपनी समझ रखे। इसे नेक रुपये दुआ कर दें अपनी वीडियो का आगाज़ जी। तो सब तो ज़्यादा दुआ बहन भाई फर्स्ट नहीं बहन भाइयों वास्ते अल्लाह पाक उन्होंने आज़ादी मालामाल करे। अल्लाह पाक उन्होंने सब बहन भाइयों से आसानी पता करे। आमीन सुम आमीन। मैं हूं थोड़ा भाई मोहम्मद अरसलान, तुम देख रहे हो मेरा चैनल मोहम्मद दानिश व्लॉग। भाई शायद नाल एक गल होर भाई, जिस तरह उन्हें सोशल मीडिया से दुआ इस तरह साड़ी इज्जत गल की सी ना, इस तरह बह के जा के माफ़ी मंगता की मकसद उस तरह के सोशल मीडिया से मंगता ताकि बहन भाई इस चीज़ को एक्सैप्ट कर दे। जी बिल्कुल। तो अज तक बहन भैया ने इस चीज़ को एक्सैप्ट नहीं किया क्योंकि यद मकसद यही ना कि अमीर की इज्जत आ गरीब की कौन इज्जत। मैं वही गल करता ना, सू मजबूरन देखो ना, असं व्यूज नहीं लै रहे। असं भैन भरावान कमेंट सा माशाला अल्लाह पाक सा फैमिली आ। असं कई साढ़े को नवे भी आते हैं जेडे पुराने, उन्होंने समझा साडा हक बनता से कि रह चुप किसी मजबूरी की वजह तो हूँ भुलेखे च ना रहन ਵੀ ਕਿਸੇ ਭੁਲੇਖੇ 'ਚ ਹੁਣ ਅਸੀਂ ਪਤਾ ਨਹੀਂ ਕੀ ਹਾਂ ਅਤੇ ਕੀ ਨਹੀਂ। ਰੋਟੀ ਉਹ ਵੀ ਖਾਂਦੇ ਅਤੇ ਅਸੀਂ ਵੀ ਖਾਂਦੇ ਹਾਂ, ਅਸੀਂ ਖਾਂਦੇ। ਸਾਡੇ ਵੀ ਚਾਹ ਦੋ ਹੱਥ ਆ ਅਤੇ ਉਹਨਾਂ ਦੇ ਵੀ ਦੋ ਹੱਥ ਆ, ਠੀਕ ਹੈ ਨਾ। ਹਰ ਬੰਦਾ ਰੋਟੀ ਖਾ ਕੇ ਸੌਂਦਾ ਵਾ। ਬਹਰਹਾਲ ਅਸੀਂ ਕਿਸੇ ਤੋਂ ਨਾ ਡਰਦੇ ਹਾਂ, ਸਿਰਫ ਸੋਹਣੇ ਮਾਲਕ ਦੀ ਜ਼ਾਤ ਦਾ ਡਰ ਆ। ਜਿਹੜੀ ਕਬਰ ਰਾਤ ਕਬਰ ਦੇ ਵਿੱਚ ਆਉਣੀ ਨਾ, ਉਹ ਆਉਣੀ ਆਉਣੀ ਬਾਹਰ ਨਹੀਂ ਹੁੰਦੀ, ਠੀਕ ਹੈ ਨਾ। ਬਾਕੀ ਮਸਲ ਇੱਟ ਦਾ ਜਵਾਬ ਪੱਥਰ ਨਾ ਮਿਲੂਗਾ ਹੁਣ। ਬਿਲਕੁਲ, ਇੱਟ ਦਾ ਜਵਾਬ ਆਪਣੇ ਹੱਕ ਵਾਸਤੇ ਨਾ, ਆਪਣੇ ਹੱਕ ਵਾਸਤੇ ਆਵਾਜ਼ ਉਠਾਓ। ਆਪਣੇ ਹੱਕ ਵਾਸਤੇ ਆਵਾਜ਼ ਉਠਾਉਣੀ ਆ ਅਤੇ ਠਾਣੀ। ਕੋਈ ਨਾ ਕਿਸੇ ਦਾ ਡਰ ਆ ਅਤੇ ਨਾ ਰੱਖਣਾ ਇਸ ਖਲੜੀ ਦੇ ਵਿੱਚ ਹੋ, ਠੀਕ ਆ ਨਾ। ਸਿਰਫ ਅੱਗੇ ਇੱਜ਼ਤ ਬੜੀ ਕੀਤੀ ਆ, ਬੜੀ ਕਰ ਕਰਕੇ ਵੇਖ ਲਈ ਆ, ਠੀਕ ਆ ਨਾ। ਐਡਾ ਮੇਰਾ ਸਕਾ ਹੁੰਦਾ ਨਾ, ਐਡਾ ਸਕਾ ਹੁੰਦਾ ਜਿਹੜੇ ਮੇਰੇ ਭੈਣ ਭਰਾ ਉਹਨਾਂ ਦੀ ਹਮਾਇਤ ਦੇ ਵਿੱਚ ਕਰਦੇ ਗੱਲਾਂ ਮੈਨੂੰ ਕਾਫੀ ਜ਼ਿਆਦਾ, ਮੇਰੀ ਫੈਮਿਲੀ ਨੂੰ ਕਰਦੇ ਕਿਉਂਕਿ ਸਲਾਮ ਦਾ ਯੋਗ ਆ ਜਿਹੜੀ ਮੇਰੀ ਸਾਰੀ ਫੈਮਿਲੀ ਆ, ਠੀਕ ਹੈ ਨਾ। ਮੇਰੀ ਫੈਮਿਲੀ ਨੂੰ ਗੱਲਾਂ ਕਰਦੇ ਨਾ, ਮੇਰਾ ਵੀਰ ਪਿਛਲੀਆਂ ਜਾ ਕੇ ਦੇਖੋ ਨਾ ਤੁਹਾਡੀ ਇੱਜ਼ਤ, ਜਾਂ ਭੈਣ ਮੇਰੀ ਇੱਜ਼ਤ ਫਿਰ ਹੋਵੇ ਨਾ ਕਿਸੇ ਤੁਹਾਡੀ ਇਹ, ਅਤੇ ਕੋਈ ਗੱਲ ਕਰੇ ਤਾਂ ਮੈਂ ਵੇਖੂੰਗਾ ਤੁਸੀਂ ਬਰਦਾਸ਼ਤ ਕਰਦੇ ਅਤੇ ਮੇਰੀ ਫਿਰ ਵੀ ਬਰਦਾਸ਼ਤ ਦੇਖੋ। ਅਸੀਂ ਫਿਰ ਵੀ ਨਾਲ ਉਹਦੇ ਰਹੇ, ਅਸੀਂ ਕਿਹਾ ਕੋਈ ਨਹੀਂ ਯਾਰ ਖੈਰ ਆ, ਠੀਕ ਆ। ਕਿਉਂ ਸਿਰਫ ਆਪਣੇ ਬੱਚਿਆਂ ਦੀ ਖਾਤਰ ਇੱਕ ਬਣੀ ਬਣਾਈ ਸੀ। ਅੱਛਾ ਯਾਰ ਵੱਡੇ ਵੱਡੇ ਗਲਤੀ ਬਾਰ ਵੀਰ ਜੀ, ਉਹ ਦਿਲੋਂ ਸਾਫ਼ ਨਹੀਂ ਸੀ ਬੰਦਾ, ਦਿਲੋਂ ਸਾਫ਼ ਨਹੀਂ ਸੀ ਅੱਜ ਵੀ ਨਹੀਂ ਸਾਫ਼, ਉਹ ਸਦਾ ਵੀ ਨਹੀਂ ਸਾਫ਼ ਜਿਹੜਾ ਆਪਣੇ ਆਉਂਦਾ ਨਹੀਂ ਉਹ ਮੇਰਾ। ਮੈਨੂੰ ਇੱਕ ਬੰਦੇ ਨੇ ਮੇਰੇ ਪਿੰਡ ਦੇ ਬਜ਼ੁਰਗ ਨੇ ਆਖਿਆ ਸੀ, ਮੇਰੇ ਪਿੰਡ ਦੇ ਬਜ਼ੁਰਗ ਨੇ ਆਖਿਆ ਸੀ ਜਿਹਦੇ ਕੋਲ ਸਾਡੀ ਉੱਧਰ ਪੜ੍ਹਿਆ ਸੀ ਨਾ, ਮੈਂ ਵਾਅਦਾ ਕਰਦਾ ਜਾਵਾਂ, ਮੇਰੇ ਪਿੰਡ ਦੇ ਬਜ਼ੁਰਗ ਨੇ ਸੀ ਸਾਡੇ, ਉਹ ਦਾਦੇ ਪੜਦਾਦਿਆਂ ਮਗਰਾ ਸਾਡਾ ਬਜ਼ੁਰਗ ਆ, ਸਾਡਾ ਵੱਡਾ ਵਾ, ਠੀਕ ਆ। ਕਿਉਂਕਿ ਸਾਡੇ ਦਾਦੇ ਪੜਦਾਦਿਆਂ ਨਾਲ ਬੜੀ ਅੱਛੀ ਜ਼ਿੰਦਗੀ ਗੁਜ਼ਾਰੀ ਉਹਨਾਂ ਨੇ, ਅਤੇ ਉਹਨੇ ਮੈਨੂੰ ਉੱਦਣ ਵੀ ਗਿਆਨ ਕਿਹਾ, ਪੁੱਤ ਮੈਂ ਤੈਨੂੰ ਉੱਦਣ ਇੱਕ ਵਾਰੀ ਗੱਲ ਸਮਝਾਈ ਸੀ ਵੀ ਜਿਹੜਾ ਪੁੱਤ ਆਪਣੇ ਮਾਂ ਪਿਓ ਦਾ ਨਹੀਂ ਉਹ ਤੇਰਾ ਕਦੇ ਨਹੀਂ ਬਣੂ, ਅਤੇ ਤੂੰ ਬਾਜ਼ ਆ ਜਾ, ਤੂੰ ਆਪਣਾ ਸੈਡ ਮਾਰ ਜਾ। ਮੈਂ ਉਸ ਬਜ਼ੁਰਗ ਦੀ ਆਪਣੇ ਦਿਨ ਹੀ ਸੀ ਮੰਨੀ। ਮੈਂ ਉੱਦਣ ਕਿਹਾ, ਮੈਂ ਕਿਹਾ ਤਾ ਜੀ ਤੁਹਾਡੀ ਗੱਲ ਮੈਂ ਮੰਨ ਲੈਂਦਾ ਅਤੇ ਮੈਂ ਬਿਹਤਰ ਰਹਿਣਾ ਸੀ। ਮੈਂ ਪੁੱਤ ਤੂੰ ਐਸਿਆ ਪਿਆ ਅੱਜ ਨਹੀਂ ਸੀ ਪੈਣਾ, ਅੱਜ ਇਸ ਨੂੰ ਪੁੱਤ ਨਹੀਂ, ਠੀਕ ਆ। ਆ ਗਈ ਮੇਰੀ ਗੱਲ, ਉਹ ਕਹਿੰਦਾ ਪੁੱਤ ਜਦੋਂ ਕੋਈ ਸਿਆਣਾ ਕਹੇ ਉਹ ਮੰਨ ਲੈਣੀ ਚਾਹੀਦੀ, ਅਤੇ ਮੇਰੀ ਭੈਣ ਮੈਂ ਨਹੀਂ ਸੀ ਮੰਨੀ। ਮੈਂ ਕਹਿੰਦੇ ਆਪਣੇ ਰਿਸ਼ਤੇ ਅਸੀਂ ਖਰਾਬ ਕਰ ਲਏ, ਆਪਣੇ ਰਿਸ਼ਤੇ ਲੜਾ ਪਸੰਦ ਇਹਦੀ ਵਜ੍ਹਾ ਤੋਂ ਹੋ ਰਹੇ ਸੀ ਸਾਰਾ ਕੁਛ। ਹਲੇ ਵੀ ਚੱਲ ਰਹੇ ਜਿਹੜੇ ਉਹ ਹੈ ਵਿੱਚ ਚੱਲ ਰਹੇ ਆ, ਜਿਹੜੇ ਹਜਰੀ ਵਿੱਚ ਜਿਹੜੇ ਮੁਨਾਫਕ ਹਜੇ ਵੀ ਨਾ, ਉਹਦਾ ਮੁਨਾਫਕ ਉਹ ਮੁਨਾਫਕ ਮੁਨਾਫਕਾਂ ਨੇ ਹਜੇ ਵੀ ਬੜੇ ਰੋਲੇ ਪਾਉਣੇ ਹੋਏ ਨੇ। ਕੁਛ ਚੁੱਪ ਚਪੀਤੇ ਆ, ਮੈਨੂੰ ਪਤਾ ਨਾ ਲੱਗੇ, ਮੈਂ ਵੀ ਉੱਥੇ ਰਹਿੰਦਾ, ਮੈਨੂੰ ਸਾਰਾ ਖਬਰ ਆ, ਮੈਨੂੰ ਪਤਾ ਮੇਰਾ ਕਿਹੜਾ ਸੱਜਣ ਆ ਕਿਹੜਾ ਦੁਸ਼ਮਣ ਆ। ਬਾਕੀ ਅਲਹਮਦੁਲਿਲਾ ਕੋਈ ਨਹੀਂ, ਸਿਆਣੇ ਕਹਿੰਦੇ ਜਿਹਨੂੰ ਰੱਬ ਨਾ ਮਾਰੇ ਉਹਨੂੰ ਕੋਈ ਨਹੀਂ ਮਾਰ ਸਕਦਾ, ਸਾਈਆਂ ਮਾਰ ਸਕੇ ਨਾ ਕੋਈ। ਹਾਂਜੀ, ਰੋਜ਼ੀ ਮੇਰੇ ਮਾਲਕ ਨੇ ਦੇਣੀ, ਸਾਰਿਆਂ ਨੂੰ ਦੇ ਰਿਹਾ, ਅੱਲਾਹ ਪਾਕ ਦੀ ਜ਼ਾਤ ਦੇ ਰਹੀ ਹੈ ਅਤੇ ਉਹਨੇ ਵਾਅਦਾ ਕੀਤਾ ਵਾ। ਬਾਕੀ ਇੱਕ ਅਖਲਾਕ ਮੇਰੀ ਭੈਣ ਜ਼ਬਾਨ ਬੰਦੇ ਨੂੰ ਛਿੱਤਰ ਵੀ ਪਵਾਉਂਦੀ ਆ ਅਤੇ ਬੰਦੇ ਨੂੰ
ਤਾਜ 'ਤੇ ਵੀ ਬਣਦੀ ਆ, ਇਹ ਸਿਰਫ ਜ਼ਬਾਨ, ਤੁਹਾਡੀ ਜ਼ਬਾਨ ਠੀਕ ਆ ਨਾ, ਸਾਰਾ ਕੁਛ ਆ ਇਸ ਬੰਦੇ 'ਤੇ, ਨਾ ਜ਼ਬਾਨ ਠੀਕ ਆ ਅਤੇ ਨਾ ਕੁਛ ਆ, ਉਹ ਸਾਰੀ ਫੈਮਲੀ ਮੇਰੀ ਵੇਖ ਰਹੀ ਹੈ ਕਰਤੂਤਾਂ ਚੱਲ, ਸਿਰਫ ਪੈਸਾ ਪੈਸਾ ਪੈਸਾ, ਇੱਥੇ ਛੱਡ ਕੇ ਜਾਣਾ ਮੇਰੀ ਧੀ, ਇੱਥੇ ਛੱਡ ਕੇ ਜਾਣਾ, ਨਾਲ ਕਿਸੇ ਨੇ ਨਹੀਂ ਜਾਣਾ, ਠੀਕ ਆ, ਸਿਰਫ ਇਨਸਾਨੀਅਤ ਬੰਦੇ 'ਚ ਹੋਈ, ਇਨਸਾਨੀਅਤ ਵਗਰੀ ਕੋਈ ਚੀਜ਼ ਹੀ ਕੋਈ ਨਹੀਂ ਗੀ, ਬਸ ਮੈਂ ਤਾਂ ਕਹਿੰਦਾ ਇਸ ਤੋਂ ਵੱਡੀ ਇਨਸਾਨੀਅਤ ਉੱਤੇ ਵੀ ਮੇਰੇ ਗੱਲ, ਮੇਰੇ ਕੋਲ ਤਾਂ ਕੋਈ ਨਹੀਂ ਵੀ ਵੱਡੀ ਚੀਜ਼ ਕੋਈ ਮੈਂ ਦੇਖੀ ਕੋਈ। ਬਾਈ ਬਾਈ ਜੀ ਮੇਰੇ ਕੋਲ ਤਾਂ ਇੱਕ ਗੱਲ ਹੈ, ਦੇਖੋ ਕਿ ਜਿਹੜਾ ਕਫਨ ਆ ਨਾ, ਹਾਂਜੀ, ਕਫਨ ਦੀ ਜੇਬ ਕੋਈ ਨਹੀਂ ਗੀ, ਇੱਥੇ ਜਿੰਨੀ ਮਰਜ਼ੀ ਬਗੈਤੀਆਂ ਕਰਕੇ ਪੈਸਾ ਇਕੱਠਾ ਕਰ ਲਓ, ਬਸ ਇਹ ਬਗੈਤੀ ਦਾ ਜਿਹੜਾ ਪਾਠ ਖਾਲੀ ਪਏ ਨਾ, ਇਹ ਖਲਾਜ ਰੱਖਣ, ਗੁੱਜਰ ਜੀ ਜਿਹੜਾ ਨਾ ਤੇ ਉਹ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਤਾ, ਜਿਹੜੇ ਮੇਰੇ ਭੈਣ ਭਰਾ ਸਮਝਦੇ ਨੇ ਗੁੱਜਰ ਜੀ ਕਿਹੜਾ ਵਾ, ਉਹ ਜਿਹੜਾ ਗੁੱਜਰ ਜੀ ਹੈ ਨਾ ਉਹ ਵੀ ਸਾਨੂੰ ਸਾਰਾ ਪਤਾ ਵਾ, ਗੁੱਜਰ ਜੀ ਜਿਹੜਾ ਤੇ ਛਤਰੌਲ ਜੇ ਥੋੜੀ ਬਹੁਤੀ ਰਹਿੰਦੀ ਹੈ ਤੇ ਹੋਰ ਦੱਸਦੇ, ਕੁਛ ਸ਼ਾਸੀ ਕਰਦੇ ਨੇ ਤੇ ਕੁਛ ਮੇਰੀ ਫੈਮਲੀ ਕਰਦੀ ਕੀਤੀ ਭੈਣੀਆਂ ਬੋਲ ਕੀਤੀ, ਤੇ ਕੁਛ ਭੈਣਾਂ ਕਹਿ ਰਹੇ ਸੀ ਕਿ ਦਵਾ ਇਹ ਬੰਦਾ ਨਹੀਂ ਗਾ, ਮੇਰਾ ਜ਼ਿੰਦਗੀ ਗੁਜ਼ਾਰ ਕੇ ਆਇਆ ਬੈਠਾ ਬਾਈਓ, ਭੈਣ ਬਾਈਓ ਬਸ਼ਾਦ ਐਨਆਰਸ ਨਾਲ ਕੱਢਿਆ ਹਰ ਚੀਜ਼ ਕੱਢੀ ਬਸ਼ਾਦ ਨੇ, ਇਹਨਾਂ ਕੀ ਬੰਦੇ ਸਕੂਲ ਇਕੱਠੇ ਸ਼ੁਰੂ ਪੜ੍ਹੇ ਆ ਪਹਿਲੀ ਤੋਂ ਲਾ ਕੇ ਪੰਜਵੀਂ ਤੱਕ, ਫਿਰ ਸਾਰਾ ਨਿਜ਼ਾਮ ਜੋ ਮੇਰੀ ਇੰਨੀ ਉਮਰ ਹੋ ਗਈ ਆ, ਮੈਂ ਸਮਝੋ ਉੱਥੇ ਹੀ ਰਿਹਾ ਨਾਲ ਹੀ ਸਾਰਾ ਕੁਛ, ਮੈਂ ਹੁਣ ਉੱਥੇ ਮੇਰੇ ਕੋਲ ਕੋਈ ਚੀਜ਼ ਭੁੱਲੀ ਹੈ, ਨਾਲੇ ਮੈਂ ਉੱਥੇ ਅਰਸਾ ਗੁਜ਼ਾਰ ਗਿਆ, ਮੈਨੂੰ ਜੋ ਪਤਾ ਵੀ ਸਾਰਾ ਕੁਛ ਇਹੀ ਆ, ਅਤੇ ਉਹ ਕਾਵਾਂ ਦੇ ਆਖਿਆ ਢੋਲ ਕਦੀ ਨਹੀਂ ਫਟੇ ਹੁੰਦੇ, ਠੀਕ ਆ, ਉਹ ਜਦੋਂ ਮਰਨਾ ਮਰਨਾ ਹੀ ਆ, ਠੀਕ ਆ ਨਾ, ਅਤੇ ਕੋਈ ਨਹੀਂ ਇਹ ਜਾਹਲੀਅਤ ਆ ਸਿਰਫ, ਜਾਂ ਜੈਲਸ ਗੁਣਾ ਹੋਊਗਾ, ਮੈਂ ਤਾਂ ਮੰਨਦਾ ਇਹਨਾਂ ਦੋਵਾਂ 'ਚ ਇੱਕ ਚੀਜ਼ ਆ, ਜਾਹਲੀਅਤ ਆ ਅਤੇ ਜਾਂ ਦੂਸਰਾ ਜੈਲਸ ਗੁਣਾ। ਮੇਰੀਆਂ ਭੈਣਾਂ ਥੱਲੇ ਕਮੈਂਟ ਕੀਤਾ ਸੀਗਾ ਕਿ ਇਹ ਇਹ ਬੰਦਾ ਜਾਹਲ ਦਵਾ ਦਾ ਬੰਦਾ ਹੈ, ਦਵਾ ਦਿਮਾਗ ਪੈਦਲ ਨਹੀਂ ਗਿਆ ਬੰਦਾ, ਤਾਂ ਕਿ ਜੈਲਸੀ ਫੀਲ ਕਰਦਾ ਵਾ, ਸਹੀ ਕਿਹਾ ਭੈਣ, ਇੱਕ ਨਾ ਉਹ ਅੰਦਰ ਹਸਦ, ਹਸਦ ਨੂੰ ਹਸਨ ਪਾ ਰਿਹਾ ਮੇਰੇ ਵੀਰ, ਹਸਨ ਨਹੀਂ ਪਾਲਣਾ, ਦੁਆ ਕਰਿਆ ਕਰੋ ਅੱਲਾਹ ਪਾਕ ਜ਼ਿਆਦਾ ਕੀ ਅੱਲਾਹ ਪਾਕ ਸਭ ਨੂੰ ਦੇਵੇ ਔਲਾਦ, ਤੇ ਇੱਕ ਨਿਮਤ ਹੈ, ਮੁਸਲਮਾਨਾਂ ਦੇ ਯਕੀਨ ਕਰੀਓ, ਦਿਨੋਂ ਝੋਲੀ ਚੱਕ ਕੇ ਕਹਿੰਦਾ ਸੋਹਣਾ ਮਾਲਕ ਇਹਨਾਂ ਨੂੰ ਦਵੇ, ਧੀਆਂ ਵੀ ਦਵੇ, ਪੁੱਤਰ ਵੀ ਦੇਵੇ, ਤੇ ਪਛਾਣ ਹੋਵੇ, ਪਛਾਣ ਹੋਵੇ ਕਿਸੇ ਧੀ ਦੀ ਕਿੱਦਾਂ ਕਰਨੀ ਹੈ, ਕਿਸੇ ਪੁੱਤਰ ਦੀ ਕਿੱਦਾਂ, ਖਾਸ ਗੁੱਜਰ ਨੂੰ, ਆ ਗੁੱਜਰ ਜਿਹੜਾ ਬੈਠਾ, ਹਾਂ ਗੁੱਜਰ ਜੀ, ਨਹੀਂ ਤੇ ਫਿਰ ਇਹ ਦੂਤ ਬੜੇ ਪਿਆਰੇ ਪਿਆਰੇ ਪਏ ਅੱਲਾ ਦੀ ਕਸਮ, ਤਾਲੂ ਨੰਗਾ ਹੋਇਆ ਹੋਵੇ। ਅੱਛਾ ਬਲਜਿੰਦਰ ਕੌਰ, ਮੇਰੀ ਭੈਣ ਨੂੰ ਸਾਡੀ ਤਰਫੋਂ ਬਹੁਤ ਬਹੁਤ ਸਲਾਮ ਭੈਣਾਂ, ਸਲਾਮ ਜੀ, ਹਾਂ ਜੀ ਬਿਲਕੁਲ, ਮੇਰੇ ਤੁਸੀਂ ਸਾਡੇ ਭੈਣ ਸਾਡੇ ਸਿਰ ਮੱਥੇ 'ਤੇ ਹੋ, ਸਾਨੂੰ ਅਸੀਂ ਜੋ ਮਰਜ਼ੀ ਆਖ ਲਵੋ, ਅਸੀਂ ਕਦੀ ਮਾਇੰਡ ਨਹੀਂ ਕੀਤਾ ਹੈਗਾ, ਤੁਸੀਂ ਆਖਰੇ ਹੋ ਕੇ ਅਸੀਂ ਕੰਮ ਕਰਦੇ ਹਾਂ, ਜੇ ਤੁਸੀਂ ਸਾਨੂੰ ਨਾਮ ਬਾਰ ਬਾਰ ਆ ਗਏ ਅਸੀਂ ਕਿੱਥੋਂ ਕੰਮ ਕਰਨਾ, ਅਸੀਂ ਕਰ ਰਹੇ ਹਾਂ, ਆਪਾਂ ਕਰ ਰਹੇ ਹਾਂ, ਘਰ ਬਹਿ ਜਾਣਾ ਸੀ, ਸਹੀ ਗੱਲ ਵੀਰੇ, ਤੇਰੀ ਮਿਹਰਬਾਨੀ, ਚਲੋ 2500 ਰੁਪਈਆ ਦੇ ਦਿੱਤੀ, ਲੈ ਲਿਆ ਮੇਰੇ ਤੇਰੇ ਕਹਿਣ ਤੇ ਤੁਰ ਪਏ ਆ, ਮੇਰੀ ਭੈਣ ਦੱਸਾਂ ਕੀ ਆ, ਇੱਕ ਮੇਰੀ ਭੈਣ ਛੋਟੀ ਜਿਹੀ ਗੱਲ ਦੱਸਦਾ ਮੈਂ ਤੈਨੂੰ, ਮੇਰਾ ਉਸ ਪਿੰਡ ਦੇ ਵਿੱਚ ਕੋਈ ਸੱਜਣ ਕੋ ਨਹੀਂ ਗਾ, ਬਿਲਕੁਲ ਛੋਟੀ ਜਿਹੀ ਗੱਲ, ਆਪਣੇ ਭੈਣ ਕੋਲ ਇੱਕ ਭੈਣ ਭਰਾ ਤੋਂ ਸਾਡੀ ਫੈਮਿਲੀ ਦਾ ਸੱਜਣ ਕੋ ਨਹੀਂ, ਕੋਈ ਮੇਰੀ ਹੁਣ ਧੀ ਵੀ ਮਾਸ਼ਾਅੱਲਾ ਤੁਹਾਡੀ ਵੀ ਭਤੀਜੀ ਆ, ਠੀਕ ਆ, ਬੱਚੇ ਮੇਰੇ ਤੁਹਾਡੇ ਭਤੀਜੇ ਭਤੀਜੀਆਂ ਭਾਂਜੇ ਭਾਂਜੀਆਂ, ਠੀਕ ਆ, ਅਤੇ ਮੈਂ ਤਾਂ ਤੁਹਾਨੂੰ ਭੈਣ ਭਰਾ ਸਕਦੇ, ਤੁਸੀਂ ਮੈਨੂੰ ਸਮਝਿਆ, ਅਤੇ ਮੇਰੀ ਔਲਾਦ ਵੀ ਤੁਹਾਡੀ ਕੁਛ ਲੱਗਦੀ ਨਾ, ਤੁਸੀਂ ਸਾਡਾ ਸਵਾਰਿਆ ਇਸ ਨੋਬਤ ਤੇ ਪਹੁੰਚਾਉਣ ਵਾਲੇ ਜੋ ਮੇਰੇ ਘਰ,
ਮੇਰੀ ਧੀ ਮੇਰੀ ਭੈਣ ਮੇਰੇ ਬਰਾਬਰ ਹੋਣ ਦੇ ਆ, ਮੇਰੀ ਬੇਗਮ ਜਵਾਨ ਆ, ਮੇਰੇ ਬੱਚੀਆਂ ਕੱਲ੍ਹ ਦੂਸਰੀਆਂ ਵੀ ਮਾਸ਼ਾਅੱਲਾ ਜਵਾਨ ਆ, ਛੋਟੀਆਂ ਕੱਲ੍ਹ ਜਵਾਨ, ਧੀਆਂ ਨੂੰ ਸਿਆਣੇ ਕਹਿੰਦੇ ਗਿੱਠ ਵਾਰ ਡੇਲੀ ਦਾ, ਅਤੇ ਮੇਰੀ ਭੈਣ ਇੱਕ ਤਾਂ ਮੇਰੀ ਮਜਬੂਰੀ, ਬੱਚੇ ਮਾਂ ਪਿਓ ਪਿਓ ਘਰ ਹੋਵੇ ਨਾ ਤਾਂ ਬੱਚਿਆਂ ਨੂੰ ਸਾਇਆ ਹੁੰਦਾ, ਸਾਡਾ ਪਿਓ ਨੇ ਸੁਬਾਹ ਜਾਣਾ ਸ਼ਾਮੀ ਆ ਜਾਣਾ, ਅਤੇ ਮੈਂ ਕਹਿੰਦਾ ਮੇਰੀ ਭੈਣ ਕੋਈ ਦੁਆ ਐਸੀ ਕਰ, ਐਸੀ ਦੁਆ ਕਰ ਮੇਰੀਆਂ ਪ੍ਰਦੇਸ਼ ਤੋਂ ਬਾਹਰ ਨਿਕਲ ਤੋਂ ਜਾਣ ਛੁੱਟੇ, ਮੈਂ ਜਿਹੜਾ ਸੁਬਾਹ ਜਾਵਾਂ ਸ਼ਾਮੀ ਆਪਣੇ ਬੱਚਿਆਂ ਜਾ ਜਾਂ, ਮੇਰੇ ਕੋਲ ਰੋਜ਼ੀ ਅੱਲਾ ਪਾਕ ਦੀ ਜ਼ਾਤ ਤੁਹਾਡੇ ਭੈਣ ਭਰਾਵਾਂ ਦੀ ਵਜ੍ਹਾ ਨਾਲ ਇੱਦਾਂ ਦੀ ਦੇ ਦੇਵੇ ਵੀ ਮੈਂ ਸਵੇਰੇ ਕੋਈ ਰੇਹੜੀ ਡਾਲ ਲਵਾਂ, ਕੋਈ ਕਾਰੋਬਾਰ ਛੋਟਾ ਮੋਟਾ ਕਰ ਲਵਾਂ ਆਪਣੇ ਸ਼ਹਿਰ ਫਤਿਹਪੁਰ 'ਚ, ਮੈਂ ਸਵੇਰੇ ਜਾਵਾਂ ਅਤੇ ਸ਼ਾਮੀ ਆਪਣੇ ਬੱਚਿਆਂ ਜਾ ਜਾਂ ਵੀਰੇ। ਇਹ ਮੇਰੀ ਗੱਲ ਨੂੰ ਮੈਂ ਨਹੀਂ ਕਹਿੰਦਾ, ਤੁਸੀਂ ਵੀ ਬੱਚਿਆਂ ਵਾਲੇ ਆ, ਇਹ ਨਹੀਂ ਆਖਣਾ ਗਾ ਕਿ ਦੁਆ ਕੰਮ ਤੋਂ ਪਾਓ ਸਾਨੂੰ, ਹਾਂਜੀ ਕੰਮ ਦੀ ਕੋਈ ਨਹੀਂ ਵੀਰੇ, ਸਾਰੀ ਉਮਰ ਕੰਮ ਕੀਤਾ ਵਾ ਅਲਹਮਦੁਲਿਲਾ ਸਾਡੇ ਵੱਡਿਆਂ ਨੇ, ਅਤੇ ਮੈਂ ਵੀ ਅਲਹਮਦੁਲਿਲਾ ਆਪਦਾ ਕੰਮ ਤੁਸੀਂ ਵੇਖਦੇ ਸਾਡੇ ਪੂਰੇ ਖਾਨਦਾਨ 'ਚੋਂ ਵੀ, ਅਤੇ ਇਨਸ਼ਾਅੱਲਾ ਆਪਦਾ ਕੰਮ ਕਰੀਦਾ, ਮਿਹਨਤ ਕਰਦੇ ਹਾਂ, ਅਤੇ ਬਾਕੀ ਮਕਸਦ ਇਹ ਆ ਵੀ ਮੈਂ ਮੇਰੀ ਭੈਣ ਨੂੰ ਮੇਰੇ ਕੋਲ ਇਹੋ ਜਿਹਾ ਰੱਬ ਵਸੀਲਾ ਕੋਈ ਬਣਾ ਦੇਵੇ ਅਤੇ ਮੈਂ ਸੁਬਾਹ ਜਾਵਾਂ ਸ਼ਾਮੀ ਆਪਣੇ ਬੱਚਿਆਂ ਜਾਵਾਂ। ਸਿਰਫ ਤੁਸੀਂ ਬੱਚਿਆਂ ਵਾਲੇ ਆ ਅਤੇ ਦੇਖ ਲਓ ਵੀ ਜਿੰਨਾ ਚਿਰ ਮਾਂ ਪਿਓ ਸਿਰ 'ਤੇ ਆ ਅਤੇ ਬੱਚਿਆਂ ਨੂੰ ਕੰਟਰੋਲ ਆ, ਅਤੇ ਸੋਹਣਾ ਮਾਲਕ ਸਾਹਿਬ ਦੇ ਮਾਂ ਪਿਓ ਨੂੰ ਸਲਾਮਤ ਰੱਖੇ, ਬੱਚਿਆਂ ਦੇ ਸਿਰ 'ਤੇ ਸਲਾਮਤ ਰੱਖੇ ਸੋਹਣਾ ਮਾਲਕ ਸਾਹਿਬ ਦਾ, ਅਤੇ ਭੈਣ ਦੁਆ ਵਾਸਤੇ, ਦੁਆਵਾਂ ਤੁਹਾਡੀਆਂ ਦੀ ਜ਼ਰੂਰਤ ਆ ਬਸ, ਕਿਉਂਕਿ ਦੁਆ ਬੜੀ ਕੁਛ ਆ, ਦੁਆ ਕਰਦੇ ਉਹਨਾਂ ਸੱਚੇ ਦਿਲ ਨਾਲ ਅਤੇ ਅੱਲਾ ਪਾਕ ਦੀ ਇਜਾਜ਼ਤ ਕਬੂਲ ਕਰਦੀ ਆ, ਇੱਕ ਤੁਹਾਡੀ ਦੁਆ ਦੇ ਨਾਲ ਮੇਰਾ ਜੇ ਆਸਰਾ ਸਾਡਾ ਬਣ ਜਾਵੇ ਅਤੇ ਮੇਰੀ ਭੈਣ ਕਿਹੜੀ ਲੋੜ ਆ ਬੱਚਿਆਂ ਤੋਂ ਦੂਰ ਹੋਣ ਦੀ, ਜਾਂ ਸਾਨੂੰ ਕੋਈ ਸ਼ੌਂਕ ਆ, ਬਾਕੀ ਰੋਜ਼ੀ ਉੱਥੇ ਵੀ ਮਿਲਦੀ ਆ, ਥੋੜ੍ਹੀ ਮਿਲਦੀ ਬਹੁਤੀ ਮਿਲਦੀ ਖਾ ਕੇ ਸੌਂਦੇ ਹਾਂ, ਪਰ ਵੀਰ ਹਾਲਾਤ ਅੱਜ ਕੱਲ੍ਹ ਇੱਦਾਂ ਦੇ ਆ ਨਹੀਂ ਗੁਜ਼ਾਰਾ ਹੁੰਦਾ। ਅਤੇ ਮੈਨੂੰ ਵੀ ਦੇਖ ਕੇ ਅਲਹਮਦੁਲਿਲਾ, ਦੇਖੋ ਜਿਸ ਸਮੇਂ ਬਾਹਰ ਆਇਆ ਨਾ ਮੇਰੀ ਪਿੱਛੇ ਸਪੋਰਟ ਹੈਗੀ ਹੈ, ਸਿਰਫ ਮੇਰੀ ਮਜਬੂਰੀ ਹੈ, ਬਾਕੀ ਹਰ ਬੰਦਾ ਰੋਟੀ ਨੂੰ ਚੋਚੀ ਨਹੀਂ ਕਹਿੰਦਾ, ਰੋਟੀ ਖਾਂਦਾ ਮੂੰਹ ਥਾਣੀ ਪਾਉਂਦਾ, ਕੰਮ ਥਾਣੀ ਨਹੀਂ, ਪਰ ਵੀਰੇ ਸੋਚ ਆਪਣੀ ਜਿਹੜੀ ਨਾ ਮੇਰਾ ਦਿਮਾਗ ਕੰਮ ਕਰਦਾ ਕੁਛ ਥੋੜਾ ਜਿਹਾ, ਤੇ ਇਸ ਕਰਕੇ ਵੀਰੇ ਮੈਂ ਥੋੜਾ ਜਿਹਾ ਘਰੋਂ ਬਾਹਰ ਨਹੀਂ ਨਿਕਲਦਾ, ਇਹ ਵੀ ਮੇਰੀ ਮਜਬੂਰੀ ਸੀ ਕਿਉਂਕਿ ਸਾਲ ਬੱਚਿਆਂ ਨੇ ਦਾਣੇ ਖਾਣੇ ਮੇਰੇ ਖਾਣੇ, ਬਾਕੀ ਅੱਲਾ ਪਾਕ ਦੀ ਜ਼ਾਤ ਖਾਣੇ ਨਸੀਬ ਕਰੇ, ਜ਼ਿੰਦਗੀ ਦਾ ਇੱਕ ਪਤਾ ਨਹੀਂ ਇੱਕ ਸੋਚ ਰੱਖਣੀ ਚਾਹੀਦੀ ਆ, ਪਿੱਛੇ ਔਲਾਦ ਆ ਬੱਚੇ ਆ ਸਾਡੇ, ਹੋ ਸਕਦਾ ਚਾਰ ਦਿਨ ਦੀ ਜ਼ਿੰਦਗੀ ਹੈ ਜਾਂ ਨਹੀਂ, ਪਰ ਬੰਦੇ ਨੂੰ ਸੋਚ ਘਰ ਦੀ ਆਪਣੇ ਦੀ ਰੱਖਣੀ ਚਾਹੀਦੀ ਆ, ਇੱਕ ਸਰਬਰਾਹ ਘਰ ਦਾ ਜਿਹੜਾ ਸਰਬਰਾਹ ਹੁੰਦਾ ਨਾ ਪਿਓ ਹੁੰਦਾ ਜਾਂ ਸਰਬਰਾਹ ਹੁੰਦਾ, ਉਹ ਇੱਕ ਗੱਡੀ ਦਾ ਡਰਾਈਵਰ ਹੁੰਦਾ, ਡਰਾਈਵਰ ਦੇ ਸਿਰ 'ਤੇ ਗੱਡੀ ਚੱਲਦੀ ਹੁੰਦੀ ਆ, ਉਹ ਭਾਵੇਂ ਖਤਾਨ 'ਚ ਸਿਰ ਦੇਵੇ ਅਤੇ ਜਾਂ ਸਿੱਧੀ ਜਿੱਥੋਂ ਤੋਰਨੀ ਉੱਥੇ ਅੱਗੇ ਜਾ ਗੈਂਟ 'ਤੇ ਖੜੀ ਕਰੇ, ਉਹਦੀ ਜ਼ਿੰਮੇਵਾਰੀ ਹੁੰਦੀ ਆ, ਚਾਹੇ ਪਟੜੀ 'ਤੇ ਚੜ੍ਹੇ ਚਾਹੇ ਪਟੜੀ ਥੱਲੇ ਥੱਲੇ ਰਾਹ ਦੇਵੇ, ਅਤੇ ਸਾਡੀ ਵੀਰੇ ਮੇਰੀ ਇਹ ਜ਼ਿੰਮੇਦਾਰੀ, ਮੈਂ ਇੱਕ ਡਰਾਈਵਰ ਹਾਂ ਅਤੇ ਮੈਂ ਆਪਦੀ ਗੱਡੀ ਨੂੰ ਚਲਾਉਣਾ, ਮੈਨੂੰ ਪਤਾ ਕਿਸ ਤਰੀਕੇ ਚਲਾਉਣਾ, ਅਤੇ ਦੁਆ ਕਰੋ ਅੱਲਾ ਪਾਕ ਦੀ ਜ਼ਾਤ ਸਭ ਦੀਆਂ ਤੰਦਰੁਸਤੀ ਦੇਵੇ, ਜਿਹੜੇ ਦੇਸੋ ਪ੍ਰਦੇਸ਼ ਸਾਡੇ ਭੈਣ ਭਰਾ ਬੈਠੇ ਆ, ਅੱਲਾ ਪਾਕ ਦੀ ਜ਼ਾਤ ਆਪਣੇ ਸੋਹਣੇ ਹਬੀਬ ਦੇ ਸਦਕੇ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਖੇ, ਅੱਲਾ ਪਾਕ ਦੀ ਜ਼ਾਤ ਉਹਨਾਂ ਨੂੰ, ਉਹਨਾਂ ਦੀ ਫੈਮਲੀਆਂ ਨੂੰ ਵੀ, ਅੱਲਾ ਪਾਕ ਦੀ ਜ਼ਾਤ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਰੱਖੇ, ਅਤੇ ਜਿੱਦਾਂ ਗੁੱਜਰ ਸਾਹਿਬ ਨੇ ਕਮੈਂਟ ਕੀਤਾ ਸੀ ਅਤੇ ਮੇਰੀ ਸੋਹਣੀ ਭੈਣ ਨੇ ਅੱਲਾ ਪਾਕ ਦੇ ਮੈਂ ਸਲੂਟ ਪੇਸ਼ ਕਰਦਾ, ਉਹਨੇ ਆਖਿਆ ਹਜ਼ਰਤ ਬਿਲਾਲ ਹਬਸ਼ੀ ਦਾ ਵੀ ਰੰਗ ਕਾਲਾ ਸੀ, ਕਿੰਨੇ ਪਿਆਰੇ ਬੰਦੇ ਨੂੰ ਕੀ ਕਦਰ ਨਾ ਕਾਲੇ ਰੰਗ ਦਾ ਕੀ ਪਤਾ, ਅਤੇ ਮੇਰੀ ਸੋਹਣੀ ਭੈਣ ਦੇ ਉੱਤੇ ਸਲੂਟ ਪੇਸ਼ ਕਰਦਾ, ਦਿਲ ਕਰਦਾ ਬਾਰ ਬਾਰ ਸਲੂਟ ਪੇਸ਼ ਕਰਾਂ ਆਪਣੀ ਭੈਣ ਨੂੰ, ਅਤੇ ਬਹੁਤ ਸ਼ੁਕਰੀਆ, ਥੈਂਕ ਯੂ ਮੇਰੀ ਭੈਣ ਦਾ ਬਹੁਤ ਬਹੁਤ ਜ਼ਿਆਦਾ, ਅਤੇ ਅਸੀਂ ਤਾਂ ਉਹਨਾਂ ਦੀ ਪੈਰਾਂ ਦੀ ਖਾਕ ਵਗੈਰੇ ਨੇ ਮੇਰੀ ਸੋਹਣੀ ਭੈਣ, ਅਤੇ ਬਹੁਤ ਜ਼ਿਆਦਾ ਸ਼ੁਕਰੀਆ ਮੇਰੀ ਭੈਣ, ਅੱਲਾ ਪਾਕ ਦੀ ਜ਼ਾਤ ਖੁਸ਼ ਰੱਖੇ, ਅੱਲਾ ਪਾਕ ਸਲਾਮਤ ਰੱਖੇ, ਬਾਕੀ ਦੋਨੋਂ ਰੰਗ ਭਾਈ ਅੱਲਾ ਪਾਕ ਦੀ ਜ਼ਾਤ ਅੱਲਾ ਪਾਕ ਦੀ ਜ਼ਾਤ ਦੇ ਆ, ਬਾਜੀ ਕਹਿ ਰਹੀ ਸੀ ਵੀ ਉਹ ਤਾਂ ਪੁੱਛੇ ਨਾ ਬੰਦਾ ਉਹਦੀ ਮਾਂ ਨੂੰ ਵੀ ਤੇ ਕਾਲੇ ਆ ਕਿ
ਚਿੱਟੇ ਆ ਤੇ ਮਾਵਾਂ ਨੂੰ ਪੁੱਤ ਵੀਰ ਜੀ ਕਾਲੇ ਵੀ ਹੋਣ ਤੇ ਉਹ ਸੀਨੇ ਨਾਲ ਲਾ ਕੇ ਰੱਖਦੀਆਂ ਹਾਏ ਮੇਰਾ ਪੁੱਤਰ ਤੇ ਹਾਏ ਮੇਰੀ ਧੀ ਅੱਜ ਰੱਖਿਆ ਪਿਆਰ ਨਾਲ ਥੋੜਾ ਜਿਹਾ ਮਸਲਾ ਜਿਹਾ ਤੇ ਜੇ ਮੇਰਾ ਮੇਰੇ ਗੁੱਜਰ ਸਾਹਿਬ ਦੁਬਾਰਾ ਆਉਣਾ ਤੇ ਫਿਰ ਜਰਾ ਸਿਰ ਤੇ ਵੱਡੀ ਪਗੜੀ ਬੰਨ ਕੇ ਆਈ ਤੈਨੂੰ ਵੀਰ ਜੀ ਦੱਸਾਂਗੇ ਜ਼ਬਾਨ ਸਾਡੀ ਵੀ ਬੜੀ ਚੱਲਦੀ ਹੈ ਅਸੀਂ ਨਾ ਐਡੇ ਸਿੱਧੇ ਹਾਂ ਸ਼ਰਾਫਤ ਵੀ ਬੜੀ ਹੈ ਸਾਡੇ 'ਚ ਤੇ ਫਿਰ ਜੇ ਜਿਹੜਾ ਪੁੱਠਾ ਆਵੇ ਨਾ ਤੇ ਫਿਰ ਉਹਨੂੰ ਪੁੱਠਾ ਵੀ ਹੋ ਕੇ ਦਿਖਾ ਦਿੰਦਾ ਵੀ ਅਸੀਂ ਵੀ ਹੈਗੇ ਹਾਂ ਠੀਕ ਆ ਸਿਰਫ ਦੌਰ ਕੋਲੀ ਹੈ ਇਹਦੇ ਤੇ ਵੀਰ ਆ ਦੌਰ ਇੱਦਾਂ ਦਾ ਜੇ ਕੋਈ ਕਰ ਵੀ ਜਾਵੇ ਨਾ ਚੁੱਪ ਕਰ ਦਿਓ ਬਸ ਕਿਉਂਕਿ ਹਾਲਾਤ ਨਹੀਂ ਆ ਇਸ ਦੌਰ ਦੇ ਜੇ ਸਾਡੇ ਦੱਬ ਕੇ ਨਾ ਭੱਜ ਗਿਆ ਠੀਕ ਨਾ ਆਪਣੇ ਤਾਂ ਭੱਜ ਪਾਓਗੇ ਦੋ ਜੇ ਗੱਲ ਆਹੋ ਜੇ ਭੱਜ ਗਿਆ ਠੀਕ ਨਾ ਭੱਜੇ ਆਪ ਭੱਜ ਪਾਓਗੇ ਆਹ ਕੀ ਗੱਲ ਚੱਲ ਰਹੀ ਦੋ ਜੇ ਕੰਮ ਤੇ ਕਰਾਂਗੇ ਨਾ ਕਿਉਂਕਿ ਅਗਰ ਨਾ ਭੇਜਦੇ ਸਾਨੂੰ ਤਾਂ ਪਤਾ ਚੱਲਣਾ ਸੀ ਮਿੰਟ ਭੇਜਿਆ ਪਤ ਰਹਿਣਗੇ ਮੇਰੀ ਭੈਣ ਮੇਰੀ ਤਸਵੀਰ ਸੈਲ ਕੀਤੀ ਨਹੀਂ ਭੈਣਾਂ ਤੁਸੀਂ ਸਾਡੇ ਸਿਰ ਮੱਥੇ ਤਾੜੀ ਇਜਾਜ਼ਤ ਆਪਣੇ ਭੈਣ ਭਰਾਵਾਂ ਕੋ ਵੀਡੀਓ ਦਾ ਐਡ ਕੇ ਇੱਥੇ ਕਰਦੇ ਜੀ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਰਾਵਾਂ ਨੂੰ ਪਸੰਦ ਆਵੇ ਲਾਈਕ ਔਰ ਸ਼ੇਅਰ ਜ਼ਰੂਰ ਕਰੀਓ ਅਤੇ ਇਹਦੇ ਨਾਲ ਚਾਹੀਦਾ ਆਪਣੇ ਭੈਣ ਭਰਾਵਾਂ ਨੂੰ ਇਜਾਜ਼ਤ ਅੱਲਾ ਹਾਫੀ ਅੱਲਾ ਹਾਫੀ ਫੀ ਅਮਾਨ ਅੱਲਾ